ਪਿਤੀ ਰਾਤ ਪੰਜਾਬ ਦੇ ਵਿੱਚ ਹੋਈ ਤੇਜ਼ ਬਰਸਾਤ ਅਤੇ ਹਨੇਰੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ ਜੇਕਰ ਨਾਬਾਤ ਦੀ ਗੱਲ ਕੀਤੀ ਜਾਵੇ ਤਾਂ ਨਾਬਾਹ ਵੇਖੇ ਵੀ ਤੇਜ਼ ਹਨੇਰੀ ਅਤੇ ਤੇਜ਼ ਬਾਰਿਸ਼ ਦੇ ਕਾਰਨ ਕਿਸਾਨਾਂ ਦੀ ਪੁੱਤਾ ਵਾਂਗ ਪਾਲੀ ਫਸਲ ਤਰਤੀ ਤੇ ਵਿੱਚ ਗਈ ਹੈ ਜਿਸ ਨਾਲ ਕਿਸਾਨ ਹੁਣ ਪਰੇਸ਼ਾਨ ਵਿਖਾਈ ਦੇ ਰਹੇ ਨੇ ਕਿਉਂਕਿ ਜਿਹੜੀ ਕਣਕ ਪੱਕ ਕੇ ਤਿਆਰ ਹੋ ਚੁੱਕੀ ਸੀ ਅਤੇ ਕਿਸਾਨ ਹੁਣ ਆਪਣੇ ਕਣਕ ਨੂੰ ਵੱਢਣ ਦੀ ਤਿਆਰੀ ਵਿੱਚ ਲੱਗ ਰਹੇ ਸਨ ਅਮੀਨੇ ਕਿਸਾਨਾਂ ਦੀਆਂ ਆਸਾਂ ਤੇ ਪਾਣੀ ਫਿਰ ਦਿੱਤਾ ਇੱਕ ਪਾਸੇ ਜਿੱਥੇ ਸਰਕਾਰਾਂ ਕਿਸਾਨਾਂ ਨਾਲ ਬੇਰੁਖੀ ਵਾਲਾ ਵਤੀਰਾ ਕਰ ਰਹੀਆਂ ਨੇ ਤੇ ਉੱਥੇ ਹੀ ਕੁਦਰਤ ਦਾ ਕਹਿਰ ਵੀ ਕਿਸਾਨਾਂ ਤੇ ਦੋਰੀ ਮਾਰ ਮਾਰ ਰਿਹਾ ਹੈ ਕਿਸਾਨਾਂ ਨੇ ਕਿਹਾ ਹੈ ਕਿ ਇਹ ਜੋ ਕਨਕ ਢੱਟੀ ਦੇ نیچے ਟੈ ਟੇਰੀ ਹੋ ਗਈ ਹੈ ਇਸ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਏਗਾ ਕਿਉਂਕਿ ਉਹ ਕਣਕ ਹੁਣ ਕਾਲੇ ਦਾਣਿਆਂ ਵਿੱਚ ਤਬਦੀਲ ਹੋ ਜਾਵੇਗੀ ਅਤੇ ਇਸ ਨਾਲ ਝਾੜ ਵੀ ਘਟ ਜਾਵੇਗਾ ਅਤੇ ਲੇਬਰ ਦਾ ਵੀ ਦੁੱਗਣਾ ਖਰਚਾ ਚਲਣਾ ਪਵੇਗਾ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਇਸ ਮੌਕੇ ਗੱਲ ਕਰਦੇ ਹਾਂ ਕਿਸਾਨਾਂ ਦਾ ਕੀ ਕਹਿਣਾ ਹੈ ਆਓ ਜਾਣਦੇ ਹਾਂ ਫਸਲ ਦਾ ਨੁਕਸਾਨ ਤਾਂ ਜੀ ਹੁਣ ਤੁਸੀਂ ਆਪਦਾ ਚੈਨਲ ਦੇ ਮਾਧਿਅਮ ਦਿਖਾ ਸਕਦੇ ਹੋ ਕਿਤੇ ਵੀ ਕਣਕ ਖੜੀ ਨਹੀਂ ਰਹੀ ਹੁਣ ਪੂਰੀ ਬਾਡੀ ਦਾ ਮੌਸਮ ਧੀਆ ਪੂਰਾ ਪੀਕ ਆਵਰ ਤੇ ਚੱਲਣਾ ਤੇ ਅੱਜ ਤੋਂ 2-4 ਦਿਨਾਂ ਨੂੰ ਤੇ ਹੁਣ ਇਹਦੇ ਨਾਲ ਇੱਕ ਤਾਂ ਦਾਣੇ 'ਚ ਸਿਲ ਹੋ ਜਾਣੀ ਆਪਾਂ ਜਿਹੜੇ ਮੋਇਸਚਰ ਦੀ ਸਰਕਾਰ ਦੀਆਂ ਪਾਬੰਦੀਆਂ ਨੇ ਨਾ ਮੋਇਸਚਰ ਨਹੀਂ ਸਹੀ ਆਉਣਾ ਕਿਉਂਕਿ ਜਿਹੜਾ ਤਾਂ ਦਾਣਾ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਧਰਤੀ ਨਾਲ ਦਾਣਾ ਲੱਗਿਆ ਹੋਇਆ ਉਹਦੇ ਵਿੱਚੋਂ ਕਾਲਾ ਦਾਣਾ ਹੋਣਾ ਤੇ ਉਹਦਾ ਮੋਇਸਚਰ ਨਹੀਂ ਸਹੀ ਆਉਣਾ ਕਿਉਂਕਿ ਉਹਨੂੰ ਧਰਤੀ 'ਚੋਂ ਨਮੀ ਮਿਲੀ ਜਾਣੀ ਆ ਮੀਂਹ ਦੀ ਸਾਨੂੰ ਤੂੜੀ ਦਾ ਚਲੋ ਤਾਂ ਨੁਕਸਾਨ ਜਿਹੜਾ ਹੈ ਉਹ ਤਾਂ ਹੋਣਾ ਹੀ ਆ ਜੀ ਤੇ ਅਸਤੇ ਕ ਮੰਗ ਕਰਦੇ ਸਰਕਾਰ ਤੋਂ ਮੌਇਸਚਰ ਦੀਆਂ ਪਾਬੰਦੀਆਂ ਤੇ ਕਾਲੇ ਦਾਣੇ ਜਿਹੜੇ ਉਹਨਾਂ ਦੀ ਆਪਣੀਆਂ ਕੁਆਲਿਟੀ ਚੈਕਸ ਹੁੰਦੇ ਨੇ ਉਹਨਾਂ ਦੀਆਂ ਪਾਬੰਦੀਆਂ ਐਕਸਤੀ ਹਟਾਈਆਂ ਜਾਣ। ਇਹ ਬੀਤੇ ਦਿਨ ਵੀ ਕਰੂਪੀ ਆਈ ਸੀ ਉਦੋਂ ਵੀ ਕਾਫੀ ਨੁਕਸਾਨ ਹੋਇਆ ਸੀ ਦਵਾਰੇ ਫਿਰ ਹੁਣ ਤਾਂ ਵੱਡੇ ਨੂੰ ਤਿਆਰੇ ਸੀ ਮਤਲਬ ਇੱਕ ਦੋ ਦਿਨਾਂ ਚ ਤੁਸੀਂ ਫਸਲ ਨੂੰ ਵੱਡੇ ਦੇਣਾ ਸੀ ਹੁਣ ਤਾਂ। ਹਾਂਜੀ ਬਿਲਕੁਲ ਪਹਿਲਾਂ ਹੀ ਨੁਕਸਾਨ ਹੋ ਚੁੱਕਿਆ ਨਾ ਉਹ ਜਿਹੜਾ ਫਸਲ ਦਾ ਆਪਾਂ ਕਹਿੰਨਾ ਝਾੜਦਾ ਪਹਿਲੀ ਕੱਟ ਗਿਆ ਹੁਣ ਜਿਹੜਾ ਆ ਬੇਮੌਸਮਾ ਹੋਇਆ ਇਹਦੇ ਨਾਲ ਤਾਂ ਹੋਰ ਵੀ ਪ੍ਰੋਬਲਮਸ ਖੜੀਆਂ ਹੋ ਜਾਣਗੀਆਂ। ਚਾੜਤਾ ਜਿਹੇ-ਜਿਹੇ ਹੋਣਾ ਦੀ ਪਾਸੋਂ ਦੱਸਿਆ ਵੀ ਉਹਨਾਂ ਕੰਬੈਨ ਨੇ ਨਹੀਂ ਦਾਣਾ ਕੱਢਣਾ ਦਾਣਾ ਵੀ ਵਿੱਚ ਰਹੂਗਾ ਸਿਲ ਕਰਕੇ ਤੇ ਗਿੱਲਾ ਜੀ ਉਹੀ ਚਾਰ-ਪੰਜ ਦਿਨ ਤਾਂ ਉਹੀ ਲੇਟ ਹੋਗੇ 10 ਦਿਨ ਤਾਂ ਇਹ ਤਾਂ ਗਿੱਲ ਗਿੱਲ ਤਾਂ ਵੀ ਨਹੀਂ ਵੱਡਿਆ ਜਾਣਾ ਉਦੋਂ ਹੀ ਕਾਲਾ ਹੋ ਜਾਣੀ ਹੈ ਬੱਲੀ ਦਾ ਤੁਸੀਂ ਮੰਨਦੇ ਹੋ ਜਿਹੜੇ ਹੈਗੇ ਇੱਕ ਤਾਂ ਸਰਕਾਰਾਂ ਬੇਰੁਕੀ ਨੇ ਉਧਰੋਂ ਕੁਦਰਤ ਦੀ ਕਿਰਪਾ ਵੀ ਥੋੜੇ ਤੇ ਮਾਰਾ ਪੈ ਰਹੀ ਆ ਬਿਲਕੁਲ ਜੀ ਬਿਲਕੁਲ ਬੇਮੌਸਮਾਂ ਬਰਸਾਤ ਉਧਰੋਂ ਸਰਕਾਰਾਂ ਇਹ ਤਾਂ ਬਹੁਤ ਔਖਾ ਕੰਮ ਚੱਲ ਰਿਹਾ ਕਿਸਾਨੇ ਲਈ ਤਾਂ ਬਹੁਤ ਮੁਸ਼ਕਲ ਘੜੀ ਦੇ ਵਿੱਚੋਂ ਕਿਸਾਨ ਲੰਘ ਰਿਹਾ ਜਿਦੀ ਘੜੀ ਉਹਦੀ ਮੈਂ ਤਾਂ ਕਹਿੰਦਾ ਕਿੱਥੇ ਸਰਵਜਨੀ ਨਾਲ ਸਰਕਾਰਾਂ ਤੇ ਨਾ ਪ੍ਰਮਾਤਮਾ ਕੋਲੇ ਜਮੀਨ ਹੈ ਇੱਥੇ ਕਿੰਨਾ ਕ ਨੁਕਸਾਨ ਹੋਇਆਗਾ ਨੁਕਸਾਨ ਤਾਂ ਹੁਣ ਸਾਰਿਆਂ ਦੀ ਹੋਇਆ ਕੱਲਾ ਮੇਰੀ ਜ਼ਮੀਨ ਦਾ ਵੀ ਕੀ ਆ ਮੇਰੀ ਜ਼ਮੀਨ ਦਾ ਮੈਨੂੰ ਵੀ ਉਹੀ ਜੀ ਲਾਭ ਆ ਉਹੀ ਜੀ ਨੁਕਸਾਨ ਆ ਸਾਰੇ ਪਿੰਡਾਂ ਨਾਲ ਹੀ ਆ ਸਾਰੀ ਪੰਜਾਬ ਨਾਲ ਹੀ ਆ ਤਕਰੀਬਨ ਉਧਰ ਪਰਮਾਤਮਾ ਦੀ ਮਾਰ ਉਧਰੋਂ ਸਰਕਾਰਾਂ ਦੀ ਮਾਰ ਬੰਦੇ ਕੋਈ ਦਿੱਲੀ ਬੈਠੇ ਨੇ ਕੋਈ ਧਰਨੇ ਤੇ ਹੈਰਾਨ ਹੋ ਰਿਹਾ ਕੋ ਉਥੇ ਵੀ ਰੋਜ਼ ਦਾ ਦਿੱਲੀ ਦਾ ਬੰਦੇ ਦਾ ਜਾਣਾ ਆਉਣਾ ਪਿੰਡ ਚ ਜਿਵੇਂ ਵੀ ਰਵਾਜ ਆ ਵੀ ਅਬ ਜੇ ਪਿੰਡੋਂ ਡਿਊਟੀਆਂ ਲਾਉਣੀਆਂ 10 10 ਦਿਨ ਦੀਆਂ ਸਾਰੇ ਬੰਦਿਆਂ ਨੇ ਤੇ ਇਧਰੋਂ ਸਰਕਾਰ ਸਰਕਾਰ ਨਹੀਂ ਕੁਝ ਕਰ ਰਹੀ ਇਧਰੋਂ ਪਰਮਾਤਮਾ ਨਹੀਂ ਸਾਥ ਦੇ ਰਿਹਾ ਤੇ ਹੁਣ ਤਾਂ ਬਿਲਕੁਲ ਖਰਾਬ ਚੁਕਿਆ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਹਾਨੂੰ ਲੱਗਦਾ ਵੀ ਸਰਕਾਰ ਬਾਹ ਫੜੂਗੀ ਸਰਕਾਰ ਤੋਂ ਤੁਸੀਂ ਮੰਗ ਕਰ ਸਕਦੇ ਆ ਦਿਨਾਂ ਦਿਨ ਨਾ ਦੇਣਾ ਤਾਂ ਉਹਦਾ ਹੀ ਹੋਆ ਹਮ ਤਾਂ ਕਹਿੰਦਾ ਵੀ ਹੁਣ ਨਹੀਂ ਨਹੀਂ ਕਰਦੇ 10000 ਰੁਪਿਆ ਕਿੱਲੇ ਮਗਰ ਨੁਕਸਾਨ ਹੋਇਆ ਜ਼ਿਮੀਂਦਾਰ ਜੇ ਇਹ ਸਹੀ ਹੁਣ ਵੀ ਸਹੀ ਉਤਰ ਜਾ ਤਾਂ 10000 ਰੁਪਿਆ ਕਿੱਲੇ ਮਗਰ ਅੱਜ ਵੀ ਨੁਕਸਾਨ ਆ 5 ਗੰਟਲਾਂ ਦਾ ਰਾਮਨਾਥ ਨੁਕਸਾਨ ਕਿੰਨਾ ਘ ਰਾਤ ਤੇਜ ਹਨੇਰੀ ਚ ਖੜਾ ਹੈ ਬਹੁਤ ਹਨੇਰੀ ਤੇਜ ਆਈ ਹੈ ਬਾਰਸ਼ ਬਹੁਤ ਹੋਈ ਆ ਬਹੁਤ ਹਨੇਰੀ ਤੇਜ ਆਈ ਹੈ ਦਰਖਤ ਵੀ ਤੋੜੇ ਪਏ ਨੇ ਵਿੱਚ ਤਾਂ